ਤੂੰ ਤੋਂ ਕਹਿ ਰਿਹਾ ਵੀ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ, ਇਹਦਾ ਸਿਰਫ ਪਤਾ ਕਿ ਮੋਦੀ ਦੀ ਉਹਦੀ ਗੱਠਪੁਤਲੀ ਬਣੇ ਹੋਏ, ਅਮਿਤ ਸ਼ਾਹ ਦੀ ਗੱਠਪੁਤਲੀ ਬਣੇ ਹੋਏ ਨੇ, ਅੰਦਰੋਂ ਸਾਰੇ ਉਹਨਾਂ ਦੇ ਨਾਲ ਨੇਗੇ। ਇੱਥੇ ਡਰਾਮੇ ਕਰਦੇ ਫਿਰਦੇ ਪੰਜਾਬ ਦੇ ਵਿੱਚ, ਅਸੀਂ ਕਿਸਾਨਾਂ ਨਾਲ ਹਾਂ, ਕਿਸਾਨਾਂ ਨਾਲ ਹਾਂ। ਸਾਡਾ ਮੁੱਖ ਮੰਤਰੀ ਕਹਿੰਦਾ 100 ਵਾਰੀ ਮੇਰੀ ਕੁਰਸੀ ਕਰਵਾਉਣਾ, ਮੈਂ ਕਹਿੰਦਾ 1 ਵਾਰੀ ਕੁਰਸੀ ਕਰਵਾਉਣ ਕਰਕੇ ਦਿਖਾਉਣ ਦਾ ਦਿੰਦਾ ਬਾਏ ਨੇਮ ਪਰਚਾ ਦਰਜ, ਸੁਭ ਕਰਨ ਦੀ ਜਿਹੜੀ ਸ਼ਹੀਦੀ ਹੋਈ ਆ ਦਿੰਦਾ ਉਸਦਾ ਪਰਚਾ। ਅਤੇ ਆਪਣੀ ਪਾਰਟੀ ਨੂੰ ਬਚਾਉਣ ਲਈ ਇੱਥੇ ਸਾਰੇ ਡਰਾਮਾ ਕਰਦੇ ਫਿਰਦੇ ਨੇ, ਕਿਤੇ ਕੋਈ ਬਾਦਲਾਂ ਵਾਲੇ ਕਰਦੇ ਫਿਰਦੇ ਨੇ, ਅਸੀਂ ਪੰਜਾਬ ਜਾਊ ਯਾਤਰਾ ਕਰਦੇ ਹਾਂ, ਉੱਧਰੋਂ ਕਾਂਗਰਸ ਵਾਲੇ ਲੱਗੇ ਪਏ ਨੇਗੇ, ਅਸੀਂ ਜਿਹੜੋ ਕਿਸਾਨਾਂ ਦੇ ਨਾਲ ਹਾਂ, ਜੇ ਜਾਣਾ ਤਾਂ ਜਾ ਕੇ, ਜੇ ਚੁਣੇ ਹੋ ਤੁਸੀਂ ਨੁਮਾਇੰਦੇ ਹੋ, ਜਾ ਕੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰੋ। ਚੀਮਾ ਸਾਹਿਬ ਨੂੰ ਕਿਉਂ ਡਰਾਮੇ ਕਰੀ ਜਾਂਦੇ ਹੋ, ਸਭ ਲੋਕਾਂ ਨੂੰ ਪਤਾ, ਤੁਸੀਂ ਜਿਹੜੇ ਲੋਕਾਂ ਦੇ ਉੱਪਰ ਝੂਠੇ ਪਰਚੇ ਪਾ ਰਹੇ ਹੋ, ਤੁਸੀਂ ਉਹਨਾਂ ਦੇ ਨਾਲੋਂ ਵੀ ਉੱਪਰ ਟੱਪ ਕੇ ਮੇਰੇ ਵਰਗਿਆਂ ਦੇ ਜਿਹੜੇ ਝੂਠੇ ਪਰਚੇ ਪਏ ਨੇ। ਚੀਮਾ ਸਾਹਿਬ ਨੂੰ ਕਹਿਣਾ, ਆ ਚੀਮਾ ਸਾਹਿਬ ਚੱਲ ਦਿੱਲੀ ਤੇਰੇ ਨਾਲ ਚੱਲਦਾ, ਮੂਹਰੇ ਜਾ ਕੇ ਬੈਠ ਉੱਥੇ। ਪਿਛਲੇ ਦਿਨਾਂ ਵਿੱਚ ਸਾਡਾ ਮੁੱਖ ਮੰਤਰੀ ਲੱਗਿਆ ਪਿਆ ਸੀਗਾ, ਆਪਣਾ ਮਜੀਠੀ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਆਪਣਾ ਸੁਖਵੀਰ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਉਹਨੂੰ ਰਾਜਾ ਬਿੰਗ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਉਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਕਿਤੇ ਗੱਲਾਂ ਕਰਨ ਵਾਲੀਆਂ ਬਣਦੀਆਂ ਨੇ। ਆਜ ਤੈਨੂੰ ਕਿੰਨੀ ਕੁ ਪੰਜਾਬੀ ਆਉਂਦੀ ਹੈ, ਜਿਹੜਾ ਗੱਲ ਕਰਦਾ ਸੀਗਾ ਮੈਂ ਪੱਟੇ ਨੂੰ ਗੁੜ ਲਾਉਣ ਜਾਂਦਾ, ਆ ਇੱਥੇ ਆ ਕੇ ਬੈਠ, ਦਿਖਾ ਬੈਠ ਲੋਕਾਂ ਦੇ ਵਿੱਚ। ਅੱਜ 1000 ਬੰਦਾ ਲੈ ਕੇ ਪੁਲਿਸ ਦਾ, ਕਿਤੇ ਇੱਧਰ ਨੂੰ ਲੰਘ ਜਾਂਦਾ, ਕਿਤੇ ਇੱਧਰ ਨੂੰ ਲੰਘ ਜਾਂਦਾ, ਕੋਈ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਹੈ? ਜਿਹੜਾ ਵੀ ਕੋਈ ਪੰਜਾਬ ਦੀ ਨੌਜਵਾਨ ਗੱਲ ਕਰਦਾ, ਚੱਲ ਜੇਲ੍ਹ 'ਚ, ਚੱਲ ਪਰਚਾ, ਚੱਲ ਮਰਵਾਤਾ, ਆਹ ਕੁਛ ਹੋਈ ਜਾਂਦਾ ਪੰਜਾਬ ਦੇ ਵਿੱਚ। ਚੰਡੀਗੜ੍ਹ ਮੋਹਾਲੀ ਦੇ ਵਿੱਚ ਸਾਡੇ ਨੌਜਵਾਨ ਗੇੜੇ ਦਿੰਦੇ ਫਿਰਦੇ ਰਹਿੰਦੇ ਨੇ, ਕਲਾਕਾਰ ਵੀ ਮੇਰੇ ਵੀਰ ਬਹੁਤ ਵੱਡੇ ਵੱਡੇ ਇੱਥੇ ਬੈਠੇ ਨੇਗੇ, ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ, ਆਓ ਯਾਰ ਨਿਕਲ ਕੇ ਯਾਰ, ਕਿੱਧਰੇ ਥੋੜ੍ਹੀ ਸ਼ਾਨੋ ਸ਼ਾਕਤ ਨੂੰ ਫਰਕ ਪੈਂਦਾ। ਚੰਡੀਗੜ੍ਹ ਮੋਹਾਲੀ ਦੇ ਵਿੱਚ ਸਾਡੇ ਨੌਜਵਾਨ ਗੇੜੇ ਦਿੰਦੇ ਫਿਰਦੇ ਰਹਿੰਦੇ ਨੇ, ਕਲਾਕਾਰ ਵੀ ਮੇਰੇ ਵੀਰ ਬਹੁਤ ਵੱਡੇ ਵੱਡੇ ਇੱਥੇ ਬੈਠੇ ਨੇਗੇ, ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ, ਆਓ ਯਾਰ ਨਿਕਲ ਕੇ ਯਾਰ, ਕਿੱਧਰੇ ਥੋੜ੍ਹੀ ਸ਼ਾਨੋ ਸ਼ਾਕਤ ਨੂੰ ਫਰਕ ਪੈਂਦਾ। ਆਹ ਜਿੰਨੇ ਵੀ ਹੁਣ ਤੁਸੀਂ ਇਹ ਦੇਖੋ, ਸਾਡੇ ਨੌਜਵਾਨ ਮੋਹਾਲੀ ਤੋਂ, ਉੱਥੋਂ ਬਠਿੰਡੇ ਤੋਂ ਆਉਂਦੇ ਨੇਗੇ, ਮਾਨਸਾ ਤੋਂ ਆਉਂਦੇ ਨੇਗੇ, ਇੱਥੇ 2-2, 3-3 ਹਜ਼ਾਰ ਦਾ ਤੇਲ ਫੂਕ ਕੇ ਤਾਂ ਮੁੜ ਜਾਂਦੇ ਨੇ, ਪਰ ਜਿੱਥੇ ਗੱਲ ਪੰਜਾਬ ਦੀ ਹੈ, ਜਿੱਥੇ ਗੱਲ ਪੰਜਾਬ ਦੇ ਹੱਕਾਂ ਦੀ ਹੈ, ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ। ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ, ਜਿਹੜੇ ਰਾਜਨੀਤਿਕ ਪਾਰਟੀਆਂ ਨੇ ਸਾਡੇ ਪੰਜਾਬ ਦਾ ਬੁਰਾ ਹਾਲ ਕਰਕੇ ਰੱਖਤਾ, ਲੜਨ ਵਾਲੇ ਲੋਕ ਆਪਾਂ ਅਤੇ ਆਪਾਂ ਰਾਜਨੀਤਿਕ ਬੰਦਿਆਂ ਨਾਲ ਖੜਾ ਛੱਡ ਕੇ ਆਪ ਮਹਾਰੇ, ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਈਏ। ਮੇਰੀ ਬੇਨਤੀ ਸਾਡੇ ਕਿਸਾਨ ਜਥੇਬੰਦੀਆਂ ਨੂੰ, ਸਾਰੀਆਂ ਨੂੰ ਹੀ ਹੈ, ਜਿਹੜੀਆਂ ਅਲੱਗ ਅਲੱਗ ਜਥੇਬੰਦੀਆਂ ਨੇ, ਹੁਣ ਅਸੀਂ ਆਪੋ ਆਪਣਾ ਜਿਹੜਾ ਆਪਣੇ ਗੁੱਲੇ ਸ਼ਿਕਵੇ ਦੂਰ ਕਰੀਏ, ਆਓ ਇਕੱਠੇ ਹੋ ਕੇ ਜਿਹੜੀ ਆਪਣਾ ਲੜਾਈ ਲੜੀਏ, ਸਰਕਾਰ 'ਤੇ ਦਬਾਅ ਬਣੇ। ਬੜੀ ਵੱਡੀ ਲੜਾਈ ਹੈ ਪੰਜਾਬ ਦੀ, ਨਹੀਂ ਤਾਂ ਜਿਵੇਂ ਕਿ ਸਰਕਾਰ ਨੇ ਸੋਚਿਆ ਹੋਇਆ ਕਿ ਪੰਜਾਬ ਨੂੰ ਖਤਮ ਕਰਨਾ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ, ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਾਫ਼ ਨਹੀਂ ਕਰਨਾ। ਲੜਾਈ ਇਕੱਲਾ ਜਿਹੜਾ ਪੰਜਾਬ ਹੈ, ਇਹ ਇਕੱਲੀ ਆਪਣੀ ਕਿਸਾਨੀ ਦੀ ਨਹੀਂ ਲੜ ਰਿਹਾ, ਅਸੀਂ ਪੂਰੇ ਭਾਰਤ ਦੀ ਕਿਸਾਨੀ ਦੀ ਲੜਾਈ ਲੜ ਰਹੇ ਹਾਂ, ਪੂਰੀ ਭਾਰਤ ਦੀ ਕਿਸਾਨੀ ਬਚਾਉਣ ਲਈ ਲੜ ਰਹੇ ਹਾਂ। ਕਿਵੇਂ ਜਿਹੜੇ ਕਾਰਪੋਰੇਟ ਘਰਾਣੇ ਨੇ, ਕੀ ਜਿਹੜੀਆਂ WTO ਦੀਆਂ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇਗੀਆਂ, ਕਿ ਕਿਵੇਂ ਜਿਹੜਾ ਅਸੀਂ ਆਮ ਲੋਕਾਂ ਨੂੰ, ਕਿਸਾਨਾਂ ਮਜ਼ਦੂਰਾਂ ਨੂੰ ਖਤਮ ਕਰਨਾ, ਉਹ ਨੀਤੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣੇ ਦੀਆਂ, ਜਦੋਂ ਇਕੱਠੇ ਹੋਵਾਂਗੇ ਤਾਂ ਹੀ ਜਿਹੜਾ ਅਸੀਂ ਇਸ ਆਪਣਾ ਖੇਤੀਬਾੜੀ ਸੈਕਟਰ ਨੂੰ ਬਚਾ ਸਕਦੇ ਹਾਂ। ਹਾਂਜੀ ਬਾਈ, ਹਾਂਜੀ ਹਾਂਜੀ, ਇੱਥੋਂ ਨਾਲ ਜਿਹੜਾ ਇੱਥੋਂ ਖਾਸ ਇਹ ਗੱਲ ਹੋਈ, ਇੱਥੋਂ ਨਾਲ ਬਹੁਤ ਸਾਰੇ ਨੌਜਵਾਨ ਕਹਿੰਦੇ ਸੀਗੇ ਕਿ ਅਸੀਂ ਇੱਥੋਂ ਅਸੀਂ ਮਾਰਚ ਦੇ ਵਿੱਚ ਸ਼ਾਮਿਲ ਹੋਣਾ, ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਸੰਗਰੂਰ ਦਾ, ਫਿਰ ਪਟਿਆਲੇ ਦਾ ਪ੍ਰੋਗਰਾਮ ਹੈ, ਫਿਰ ਐਵੇਂ ਅਲੱਗ ਅਲੱਗ ਸ਼ਹਿਰਾਂ ਦੇ ਵਿੱਚੋਂ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਇੱਕ ਸ਼ਹਿਰ ਦੇ ਵਿੱਚੋਂ ਪ੍ਰੋਗਰਾਮ ਨਹੀਂ ਕਰਨਾ, ਅਸੀਂ ਸਾਰਿਆਂ ਦੇ ਵਿੱਚੋਂ ਪ੍ਰੋਗਰਾਮ ਕਰਾਂਗੇ। ਜਿਹੜੇ ਇੱਥੋਂ ਵਾਲੇ ਨੌਜਵਾਨ ਨੇ ਸੀ, ਇਹ ਇਕੱਲੇ ਮੋਹਾਲੀ ਦੇ ਨੌਜਵਾਨ ਇਸ ਮਾਰਚ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਇਸ ਮਾਰਚ। ਪਰ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਸਾਰੇ ਜਣੇ ਪਰ ਕਿਸਾਨਾਂ ਦੇ ਨਾਲ ਲਗਾਤਾਰ ਨਿਰਾਸ਼ਾ ਸ਼ੇਅਰ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਉੱਥੋਂ ਟੱਪੇ ਕਿਉਂ? ਦੇਖੋ ਇੱਕ ਗੱਲ ਦੱਸੋ ਬਾਈ, ਜਿਹੜੀਆਂ ਲੜਾਈਆਂ ਨੇ, ਜਿਹੜੀਆਂ ਜੰਗਾਂ ਨੇ, ਉਹ ਜਾਬਤੇ ਦੇ ਵਿੱਚ ਰਹਿ ਕੇ ਲੜੀਆਂ ਜਾਂਦੀਆਂ ਨੇ, ਉਹ ਸਾਡੇ ਨੌਜਵਾਨ ਭਰਾ ਨੇ, ਕੋਈ ਚੱਕਰ ਨਹੀਂ। ਪਰ ਜਿਹੜਾ ਇਸ ਟਾਈਮ ਅਸੀਂ ਸਾਡਾ ਪ੍ਰਭਾਵ ਆ, ਪ੍ਰੈਸ਼ਰ ਆ, ਉਹ ਪੂਰੀ ਦੁਨੀਆ ਦੇਖ ਰਹੀ ਹੈ। ਜਿਹੜੇ ਇਹਨਾਂ ਨੇ ਕੰਧਾਂ ਖਿੱਚੀਆਂ ਨੇ, ਜਿਹੜਾ ਇਹਨਾਂ ਨੇ ਬੈਰੀਗੇਡ ਲਾਈਆਂ ਨੇ, 7-7 ਲਹਿਰਾਂ ਲਾਈਆਂ ਨੇਗੀਆਂ, ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਪੰਜਾਬ ਹੈ, ਅੱਜ ਉਹ ਪੰਜਾਬ ਨੂੰ ਅੰਦੋਲਨ ਕਰਨ ਦੇ ਲਈ ਦਿੱਲੀ ਜਾਣ ਦੀ ਅਨੁਮਤੀ ਨਹੀਂ ਹੈਗੀ, ਇਹ ਪੂਰੀ ਦੁਨੀਆ ਦੇਖ ਰਹੀ ਹੈ। ਨੌਜਵਾਨੋ, ਮੇਰੇ ਭਰਾਵੋ,
ਜੇ ਗੱਲ ਦਿੱਲੀ ਆਪਾਂ ਚਲੇ ਜਾਵਾਂਗੇ, ਦਿੱਲੀ ਆਪਣੇ 13 ਮਹੀਨੇ ਆਪਾਂ ਪਹਿਲਾਂ ਅੰਦੋਲਨ ਕਰਕੇ ਆਏ ਹਾਂ, 13 ਮਹੀਨਿਆਂ ਦੇ ਵਿੱਚ ਵੀ ਆਪਣੀਆਂ ਮੀਟਿੰਗਾਂ ਦਿੱਲੀ ਦੇ ਵਿੱਚ ਹੁੰਦੀਆਂ ਸੀ, ਅੱਜ ਇਹਨਾਂ ਦੇ ਜਿੰਨੇ ਵੀ ਮੰਤਰੀ ਨੇਗੇ ਉਹ ਆ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰ ਰਹੇ ਨੇਗੇ। ਇਸ ਕਰਕੇ ਇਹ ਅੰਦੋਲਨ ਜਿਵੇਂ ਦਿੱਲੀ ਦੇ ਵਿੱਚ ਜਿਹੜਾ ਸਾਡਾ ਬੈਠਿਆ ਦਬਾਅ ਸੀ, ਉੱਡਾ ਬੈਠਾ ਹੀ ਸਾਡਾ ਦਬਾਅ ਇੱਥੇ ਬੈਠਿਆਂ ਦਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਕਿਸਾਨ ਆਗੂਆਂ ਅੱਗੇ ਵੀ ਬੇਨਤੀ ਕਰਾਂਗੇ, ਜਿਹੜਾ ਇੱਧਰੋਂ ਜੀਰਕਪੁਰ ਵਾਲਾ ਰੋਡ ਆ ਉਹ ਵੀ ਬੰਦ ਕਰਨ ਦੀ ਜਿਹੜੀ ਅਸੀਂ ਗੱਲ ਰੱਖਾਂਗੇ, ਜੇਕਰ ਸਾਡੇ ਨਹੀਂ ਮਸਲੇ ਹੱਲ ਕਰਦੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਨੌਜਵਾਨਾਂ ਨੂੰ ਬੇਨਤੀ ਆ ਵੀ ਆਪਣਾ ਡਟ ਕੇ ਬਾਪੂਆਂ ਦੇ ਨਾਲ ਸਾਥ ਦਈਏ। ਪਹੁੰਚ ਰਹੇ ਨੇ, ਉਹ ਥੋੜ੍ਹੇ ਬਿਮਾਰ ਨੇ, ਇੱਕ ਮੌਸਮ ਖਰਾਬ ਹੋ ਗਿਆ। ਸਿੱਧੂ ਮੂਸੇਵਾਲੇ ਦੇ ਬਾਪੂ ਵੀ ਪਹੁੰਚ ਰਹੇ ਨੇ, ਕਈ ਕਲਾਕਾਰ ਵੀ ਪਹੁੰਚ ਰਹੇ ਨੇ। ਹੁਣ ਕਲਾਕਾਰਾਂ ਭਰਾਵਾਂ ਦੀ ਗੱਲ ਸੁਣ ਲਓ, ਕਲਾਕਾਰ ਕਈਆਂ ਨੂੰ ਫੋਨ ਕਰਨ ਲੱਗ ਗਈ, ਸਰਕਾਰ ਪੰਜਾਬ ਸਰਕਾਰ ਕਿਹੜਾ ਜਿਹੜਾ ਘੱਟ ਵਿਚਾਰ ਰਹੀ ਹੈ, ਪੰਜਾਬ ਸਰਕਾਰ ਅਸੀਂ ਉੱਤੋਂ ਕਹਿ ਰਹੇ ਵੀ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ। ਇਹਦਾ ਸਿਰਫ ਪਤਾ ਕਿ ਮੋਦੀ ਦੀ ਉਹਦੀ ਗੱਠਪੁਤਲੀ ਬਣੇ ਹੋਏ, ਅਮਿਤ ਸ਼ਾਹ ਦੀ ਗੱਠਪੁਤਲੀ ਬਣੇ ਹੋਏ ਨੇ, ਅੰਦਰੋਂ ਸਾਰੇ ਉਹਨਾਂ ਦੇ ਨਾਲ ਨੇਗੇ। ਇੱਥੇ ਡਰਾਮੇ ਕਰਦੇ ਫਿਰਦੇ ਨੇ ਪੰਜਾਬ ਦੇ ਵਿੱਚ, ਅਸੀਂ ਕਿਸਾਨਾਂ ਨਾਲ ਆ, ਕਿਸਾਨਾਂ ਨਾਲ ਆ। ਹੁਣ ਸਭ ਨੂੰ ਪਤਾ ਲੱਗ ਗਿਆ ਕਿ 8 ਦਿਨਾਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਹੈ, ਉਹ ਪਰਚਾ ਦਰਜ ਹੋਇਆ ਅਣਪਸਾਤੇ ਵਿਅਕਤੀਆਂ ਦੇ। ਅਣਪਸਾਤੀ ਕਿਤੇ ਜਿਹੜਾ ਸਾਡਾ ਸੀ ਐਮ ਕਿਤੇ ਪਾਰਲੀਮੈਂਟ ਦੇ ਵਿੱਚ ਖੜ ਕੇ ਗੱਲ ਕਰਦਾ ਹੁੰਦਾ, ਪੁਲਿਸ ਵੀ ਕਿਤੇ ਅਣਪਸਾਤੀ ਹੋਈ ਹੈ, ਉਹ ਜਿਹੜੀ ਪੁਲਿਸ ਵੀ ਕਿਤੇ ਅਣਪਸਾਤੀ ਹੋਈ। ਅੱਜ ਕਿਉਂ ਨਹੀਂ ਜਿਹੜੀ ਕਿ ਬਾਏ ਨੇਮ ਜਿਹੜਾ ਉਹਨਾਂ ਦੇ ਪ੍ਰਸ਼ਾਸਨ ਦੇ ਪਰਚਾ ਦਰਜ ਕਰਿਆ, ਪੋਲੀਟੀਕਲ ਬੰਦਿਆਂ 'ਤੇ ਪਰਚਾ ਦਰਜ ਨਹੀਂ ਕਰਿਆ, ਉਸ ਜਿਹੜਾ ਅਮਿਤ ਆਪਣਾ ਜਿਹੜਾ ਖੱਟਰ ਆ ਉਹਦੇ ਪਰਚਾ ਦਰਜ ਨਹੀਂ ਕਰਿਆ, ਉਹਨਾਂ ਗ੍ਰਹਿ ਮੰਤਰੀ ਦੇ ਪਰਚਾ ਦਰਜ ਨਹੀਂ ਕਰਿਆ, ਅੱਜ ਕਿੱਥੋਂ ਭੱਜ ਰਹੇ ਹੋ? ਖੜਨਾ ਸਿੱਧਾ ਖੜੋ ਪੰਜਾਬ ਨਾਲ, ਕਿਸਾਨਾਂ ਨਾਲ ਸਿੱਧੀਆਂ ਕਰੋ। ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ, ਜਿਹੜੀ ਤੁਸੀਂ ਜਥੇਬੰਦੀਆਂ ਦੀ ਏਕਤਾ ਦੀ ਗੱਲ ਕਰੀ ਹੈ, ਜਥੇਬੰਦੀਆਂ ਦੇ ਜਿੰਨੇ ਵੀ ਆਗੂ ਨੇਗੇ, ਮੈਂ ਕਿਸੇ ਦੇ ਵਿਰੁੱਧ ਆਵਾਜ਼ ਨਹੀਂ ਆਪਦੇ ਮੂੰਹ 'ਚੋਂ ਕੱਢਦਾ, ਕਿਉਂਕਿ ਸਾਡੀ ਜਿਹੜੀ ਅਸਲ ਦੇ ਵਿੱਚ ਦੁਸ਼ਮਣ ਕੌਣ ਹੈ? ਸਾਡੀ ਅਸਲ ਦੇ ਵਿੱਚ ਦੁਸ਼ਮਣ ਹੈਗੀ ਹੈ ਰਾਜਕਰਤਾ ਸ਼੍ਰੇਣੀ, ਜਿਨ੍ਹਾਂ ਨੇ ਰਾਜਗੱਦੀ ਭੋਕੀ ਹੈ, ਜਿਹੜੇ ਕਹਿੰਦੇ ਸੀ ਅਸੀਂ 5 ਮਿੰਟਾਂ 'ਚ MSP ਦੇਵਾਂਗੇ, ਅੱਜ ਉਹ MSP ਦੇਣ ਵਾਲੇ ਕਿੱਧਰ ਗਏ? ਸਾਡਾ ਦੁਸ਼ਮਣ ਹੈਗਾ ਪੰਜਾਬ ਦਾ ਮੁੱਖ ਮੰਤਰੀ, ਜਿਹੜਾ ਇਹ ਗੱਲ ਕਹਿੰਦਾ ਸੀਗਾ ਜਦੋਂ ਸਾਡੀ ਸਰਕਾਰ ਬਣੂਗੀ ਮੈਂ 22 ਦੀਆਂ 22 ਫਸਲਾਂ 'ਤੇ MSP ਦਿਊਂ। ਸਵਾਲ ਉਹਨਾਂ ਨੂੰ ਕਰਨਾ ਬਣਦਾ, ਨਾ ਕਿ ਜਿਹੜੇ ਰਾਜਨੀਤਿਕ ਇਹਨਾਂ ਨੂੰ ਕਿਸਾਨ ਆਗੂ ਨੂੰ ਸਵਾਲ ਵਿਚਾਰਿਆਂ ਨੂੰ ਕੀ ਕਰਨਾ ਬਣਦਾ? ਇਹਨਾਂ ਨੇ ਤਾਂ ਲੜਾਈਆਂ ਦਿੱਲੀ ਦੇ ਵਿੱਚ ਜਾ ਕੇ ਪਹਿਲਾਂ ਤੋਂ ਲੜੀਆਂ ਨੇ। ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਇਹ ਪਹਿਲਾਂ ਪੰਜਾਬ ਦੇ ਵਿੱਚੋਂ ਸ਼ੁਰੂ ਹੋਈ ਸੀਗੀ, ਪਹਿਲਾਂ ਕਿਸਾਨ ਯੂਨੀਅਨ ਦਾ ਨਾਮ ਪੰਜਾਬ ਕਿਸਾਨ ਯੂਨੀਅਨ ਸੀਗੀ। ਇਹ ਤਾਂ ਜਦੋਂ ਗੰਨੇ ਦਾ ਮੁੱਲ ਚੱਲਿਆ ਇੰਡੀਆ ਗੇਟ ਮੂਹਰੇ, ਉਦੋਂ ਜਾ ਕੇ ਭਾਰਤੀ ਕਿਸਾਨ ਯੂਨੀਅਨ ਬਣੀ, ਇਹਨਾਂ ਬਾਪੂਆਂ ਨੇ ਯੂਨੀਅਨ ਬਣਾਈ ਹੋਈ ਹੈ, ਪੂਰੇ ਭਾਰਤ ਦੀ ਕਿਸਾਨੀ ਪਹਿਲਾਂ ਹੀ ਬਚਾਈ ਹੋਈ ਹੈ। ਅੱਜ ਜੇ ਕਣਕ ਦੇ ਝੋਨੇ 'ਤੇ MSP ਮਿਲਦੀ ਆ ਤਾਂ ਉਹ ਇਹਨਾਂ ਆਗੂਆਂ ਕਰਕੇ ਹੀ ਮਿਲਦੀ ਆ। ਦੁਸ਼ਮਣ ਸਾਡੇ ਰਾਜਕਰਤਾ ਸ਼੍ਰੇਣੀ ਆ, ਜਿਨ੍ਹਾਂ ਨੇ ਸਮੇਂ ਅਨੁਸਾਰ ਰਾਜ ਭੋਗਿਆ, ਗੱਦੀਆਂ 'ਤੇ ਬੈਠੇ, ਪੰਜਾਬ ਦੀ ਪਿੱਠ 'ਚ ਸੁਰਾ ਮਾਰਿਆ, ਦੁਸ਼ਮਣ ਸਾਡੇ ਉਹਨੇ ਸਵਾਲ ਸਾਨੂੰ ਉਹਨਾਂ ਨੂੰ ਕਰਨਾ ਬਣਦਾ, ਨਾ ਕਿ ਸਾਡੇ ਆਗੂ ਨੂੰ ਕਰਨਾ ਬਣਦਾ। ਇਹ ਸਾਰਿਆਂ ਨੂੰ ਬੇਨਤੀ ਆ, ਨੌਜਵਾਨਾਂ ਨੂੰ ਵੀ ਬੇਨਤੀ ਹੈ, ਸਵਾਲ ਕਰੋ ਪੰਜਾਬ ਦੇ ਮੁੱਖ ਮੰਤਰੀ ਨੂੰ, ਸਵਾਲ ਕਰੋ। ਚੋਣਾਂ ਤੋਂ ਪਹਿਲਾਂ ਕਹਿੰਦਾ ਸੀ ਮੈਂ 23 ਫਸਲਾਂ ਦੇ MSP ਦਊਂ ਜੇ ਮੇਰੀ ਸਰਕਾਰ ਬਣੂ, ਸਵਾਲ ਕਰਨਾ ਉਹ ਜਿਹੜੀ ਸਾਡੀ ਇੱਕ ਕੁੜੀ ਸਾਡੀ ਭੈਣ ਕਹਿੰਦੀ ਸੀ ਅਸੀਂ 5 ਮਿੰਟਾਂ 'ਚ MSP ਦੇਵਾਂਗੇ, ਸਵਾਲ ਉਹਨਾਂ ਦੇ ਕਰੋ। MLN 'ਤੇ ਸਵਾਲ ਕਰੋ, ਪਿੰਡਾਂ ਦੇ ਵਿੱਚ ਵੜਨ ਨਾ ਦਿਓ, ਸਵਾਲ ਇਹਨਾਂ ਦੇ ਕਰਨਾ ਬਣਦਾ ਵੀ ਝੂਠ ਬੋਲ ਕੇ ਵੋਟਾਂ ਕਿਉਂ ਲੈਤੀਆਂ, ਅਤੇ ਅੱਜ ਉਹਨਾਂ ਦੇ ਸਾਡੇ ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜ ਰਹੇ, ਸਾਡੇ ਮਜ਼ਦੂਰਾਂ ਦੇ ਨਾਲ ਕਿਉਂ ਨਹੀਂ ਖੜ ਰਹੇ? ਜੇ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਕਿ ਮੈਂ ਕਿਸਾਨਾਂ ਦੇ ਨਾਲ ਹਾਂ, ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਕੇ ਜਿੰਨਾ ਵੀ ਆਪਣਾ ਇਹਦਾ MLA ਨੇਗੇ, ਆਪਣੇ ਰਾਜ ਸਭਾ ਮੈਂਬਰ ਲਾਏ ਇਹਨਾਂ ਨੇ 7 ਉਹ, ਅਤੇ ਜਿੰਨੇ ਵੀ ਮਿਨਿਸਟਰ ਨੇਗੇ, ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਉਂਦੇ ਕਿ ਸਾਡੇ ਕਿਸਾਨਾਂ ਉੱਪਰ, ਜਿਹੜੀਆਂ ਜਦੋਂ ਅਸੀਂ 13 ਤਰੀਕ ਨੂੰ ਇੱਥੇ ਪਹੁੰਚੇ ਹਾਂ, ਸਾਡੇ ਉੱਪਰ ਉਹਦੀ ਗੋਲੇ ਤੱਕਣੇ ਸ਼ੁਰੂ ਕਰਤੇ। ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਜਾ ਕੇ ਕਹੇ ਕਿ ਕੀ ਪੰਜਾਬ ਹਿੱਸਾ ਨਹੀਂ ਹੈਗਾ ਭਾਰਤ ਦਾ? ਭਾਰਤ ਦਾ ਸਭ ਤੋਂ ਵੱਧ ਅਨਾਜ ਦੇ ਵਿੱਚ ਹਿੱਸਾ ਪਾਉਣ ਵਾਲਾ, ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਪੰਜਾਬ ਹੈ, ਪਰ ਕੀ ਮੁੱਖ ਮੰਤਰੀ ਉੱਥੇ ਦਿੱਲੀ ਦੇ ਵਿੱਚ ਜਾ ਕੇ ਬੋਲਣ ਨੂੰ ਤਿਆਰ ਨਹੀਂ? ਮੁੱਖ ਮੰਤਰੀ ਜਾਂਦਾ ਦਿੱਲੀ ਧਰਨਾ ਲਾਉਣ ਲਈ, ਆਪਣੇ ਮਨੀਸ਼ ਸੋਦੀਆ ਨੂੰ ਬਚਾਉਣ ਲਈ ਜਾ ਕੇ ਧਰਨਾ ਲਾਉਂਦਾ, ਸੰਜੇ ਸਿੰਘ ਨੂੰ ਬਚਾਉਣ ਲਈ ਧਰਨਾ ਲਾਉਂਦਾ, ਕੇਜਰੀਵਾਲ ਨੂੰ ਜਾ ਕੇ ਜਿਹੜਾ ਬਚਾਉਣ ਲਈ ਧਰਨਾ ਲਾਉਂਦਾ, ਕਿਤੇ ਪੰਜਾਬ ਦੇ ਹਿੱਤਾਂ ਲਈ ਜਿਹੜਾ ਕਰੋੜਾਂ ਰੁਪਇਆ ਫੰਡ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਰੋਕੀ ਖੜੀ ਆ, ਉਹਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕਿਤੇ ਧਰਨਾ ਲਾਇਆ? ਦੱਸੋ ਉੱਥੇ ਚੁੱਪ ਹੈ? ਉੱਥੇ ਆਪਣੀ ਪਾਰਟੀ ਨੂੰ ਬਚਾਉਣ ਲਈ ਇੱਥੇ ਸਾਰੇ ਡਰਾਮਾ ਕਰਦੇ ਫਿਰਦੇ ਨੇ, ਕਿਤੇ ਕੋਈ ਬਾਦਲਾਂ ਵਾਲੇ ਕਰਦੇ ਫਿਰਦੇ ਨੇ, ਅਸੀਂ ਪੰਜਾਬ ਜਾਊ ਯਾਤਰਾ ਕਰਦੇ ਹਾਂ, ਉੱਧਰੋਂ ਕਾਂਗਰਸ ਵਾਲੇ ਲੱਗੇ ਪਏ ਨੇਗੇ, ਅਸੀਂ ਜਿਹੜੇ ਕਿਸਾਨਾਂ ਦੇ ਨਾਲ ਆ, ਜੇ ਜਾਣਾ ਤਾਂ ਜਾ ਕੇ, ਜੇ ਚੁਣੇ ਹੋ ਤੁਸੀਂ ਨੁਮਾਇੰਦੇ ਹੋ, ਜਾ ਕੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰੋ।
ਜੇ ਅਸੀਂ ਚਾਹੀਏ ਅਸੀਂ ਕੀ ਚਾਹੁੰਦੇ ਹਾਂ, ਅਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ। ਜੇ ਸਾਡੇ ਕਿਸਾਨ ਆਗੂ ਚਾਹੁੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਰਹੀਏ, ਸਾਨੂੰ ਦਿੱਲੀ ਅੱਗੇ ਜਾਣ ਦੀ ਕੀ ਲੋੜ ਹੈ, ਤਾਂ ਕੀ ਸਾਡੇ ਹੱਕ ਮਿਲ ਜਾਂਦੇ? ਅਸੀਂ ਦਿੱਲੀ ਜਾਣ ਲਈ ਆਪਣੀ ਜੱਦੋ ਜਹਿਦ ਕਰ ਰਹੇ ਹਾਂ ਵੀ ਅੱਗੇ ਵਧਾਂਗੇ ਅਸੀਂ, ਜੇ ਨਾ ਸਾਡੇ ਫੈਸਲੇ ਮਿਲਣ ਤਾਂ ਅਸੀਂ ਬੈਰੀਗੇਡ ਤੋੜਾਂਗੇ, ਦਿੱਲੀ ਦੇ ਵਿੱਚ ਬੈਠਾਂਗੇ। ਇਹ ਪੋਲੀਟੀਕਲ ਪਾਰਟੀਆਂ, ਰਾਜਨੀਤਿਕ ਬੰਦੇ ਇਹ ਕੰਮ ਕਿਉਂ ਨਹੀਂ ਕਰਦੇ? ਸਵਾਲ ਤਾਂ ਇਹ ਵੱਡਾ। ਕੱਲ ਵਿੱਤ ਮੰਤਰੀ ਚੀਮਾ ਜੀ ਨੇ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ, ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਅਸੀਂ ਤਾਂ ਕਹਿ ਰਹੇ ਹਾਂ ਕਿ ਨੌਕਰੀਆਂ ਵੀ ਦੇਣਾ ਸਭ ਕੁਝ ਕਰਦੇ ਹਾਂ। ਚੀਮਾ ਸਾਹਿਬ ਨੂੰ ਕਿਉਂ ਡਰਾਮੇ ਕਰੀ ਜਾਂਦੇ ਹੋ? ਸਭ ਲੋਕਾਂ ਨੂੰ ਪਤਾ ਹੈ ਤੁਸੀਂ ਜਿਹੜੇ ਲੋਕਾਂ ਦੇ ਉੱਪਰ ਝੂਠੇ ਪਰਚੇ ਪਾ ਰਹੇ ਹੋ, ਤੁਸੀਂ ਉਹਨਾਂ ਦੇ ਨਾਲੋਂ ਵੀ ਉੱਪਰ ਟੱਪ ਕੇ ਮੇਰੇ ਵਰਗਿਆਂ ਦੇ ਜਿਹੜੇ ਝੂਠੇ ਪਰਚੇ ਪਏ ਨੇ। ਚੀਮਾ ਸਾਹਿਬ ਨੂੰ ਕਹਿਣਾ, ਆ ਚੀਮਾ ਸਾਹਿਬ ਚੱਲ ਦਿੱਲੀ ਤੇਰੇ ਨਾਲ ਚੱਲਦਾ, ਮੂਹਰੇ ਜਾ ਕੇ ਬੈਠ, ਉੱਥੇ ਗੱਲਾਂ ਕਰਨੀਆਂ, ਇਕੱਲਾ ਮੀਡੀਆ ਦੇ ਵਿੱਚ ਗੱਲਾਂ ਕਰਨੀਆਂ, ਇੱਥੇ ਆ ਗਏ, ਚਲੋ ਮੀਡੀਆ ਵਾਲੇ ਇਕੱਠੇ ਹੋ ਗਏ, ਜਿਹੜੀ ਅੰਦਰੋਂ ਗੱਲ ਹੈ ਅੰਦਰੋਂ ਸਾਰੇ ਨਾਲ ਮਿਲੇ ਹੋਏ ਨੇਗੇ, ਅੰਦਰੋਂ ਤੁਹਾਡੀ ਕੋਈ ਮੂੰਹ ਦੇ ਵਿੱਚੋਂ ਕੋਈ ਗੱਲ ਹੀ ਨਿਕਲਦੀ ਕਿ ਕਿਵੇਂ ਅਸੀਂ ਲੜਨਾ ਪੰਜਾਬ ਲਈ? ਹਰ ਇੱਕ ਨੂੰ ਜਿਹੜਾ ਵੱਡਾ ਖਤਰਾ ਕੁਰਸੀ ਦਾ ਖਤਰਾ, ਜਾਓ ਕੁਰਸੀ ਜਾਣਦੇ। ਸਾਡਾ ਮੁੱਖ ਮੰਤਰੀ ਕਹਿੰਦਾ 100 ਵਾਰੀ ਮੇਰੀ ਕੁਰਸੀ ਕਰਵਾਉਣਾ, ਮੈਂ ਕਹਿੰਦਾ 1 ਵਾਰੀ ਕੁਰਸੀ ਕਰਵਾਉਣ ਕਰਕੇ ਦਿਖਾਉਣ ਦਾ ਦਿੰਦਾ ਬਾਏ ਨੇਮ ਪਰਚਾ ਦਰਜ, ਸੁਭ ਕਰਨ ਦੀ ਜਿਹੜੀ ਸ਼ਹੀਦੀ ਹੋਈ ਆ ਦਿੰਦਾ, ਉਸਦਾ ਪਰਚਾ ਬਾਏ ਨੇਮ ਦਿੰਦਾ, ਭਾਜਪਾ ਉਹਨਾਂ ਦੇ ਜਿਹੜੇ ਮੰਤਰੀਆਂ ਦਿੰਦਾ, ਪੁਲਿਸ ਦਿੰਦਾ, ਦਿੰਦਾ ਬਾਏ ਨੇਮ ਪਰਚਾ ਦਰਜ, ਕਹਿੰਦੇ ਅਸੀਂ ਪਰਚਾ ਦਿੱਤਾ ਹੋਇਆ ਕਿ 1 ਕਰੋੜ ਦਿੱਤਾ, ਕਹਿੰਦੇ ਕਿ 1 ਕਰੋੜ 1 ਕਰੋੜ ਕਿਹੜਾ ਘਰੋਂ ਦਿੱਤਾ ਹੈ? ਪੰਜਾਬ ਦੇ ਲੋਕਾਂ ਦਾ ਪੈਸਾ ਹੈ, ਕੋਈ ਸਾਡੇ ਟੈਕਸ ਦਾ ਹੀ ਪੈਸਾ ਹੈ, ਸਾਡਾ ਹੀ ਪੈਸਾ, ਸਾਡੀਆਂ ਨੌਕਰੀਆਂ ਨੇਗੀਆਂ, ਆਪਦੇ ਘਰੋਂ ਦਿੱਤਾ, ਆਪਦੇ 1 ਕਰੋੜ ਰੁਪਏ ਇਹਨਾਂ ਨੇ, ਕਿਹੜੀ ਗੱਲਾਂ ਤੋਂ ਦਾਅਵੇ ਕਰ ਰਹੇ ਨੇ ਝੂਠੇ? ਕੱਲ੍ਹ ਨੂੰ ਇਹ ਜਾ ਕੇ ਫਲੈਕਸ ਬੋਰਡਾਂ 'ਤੇ ਲਾਉਣ ਗਏ ਸੀ, ਸੁਭ ਕਰਨ 1 ਕਰੋੜ ਰੁਪਏ ਦਿੱਤਾ, ਆਪਦੇ ਘਰੋਂ ਦਿੱਤਾ ਹੈ। ਇਸ ਕਰਕੇ ਪੰਜਾਬ ਦੇ ਲੋਕੋਂ, ਮੇਰੇ ਨੌਜਵਾਨੋਂ, ਆ ਜਾਓ ਮਾਰਚ ਦੇ ਵਿੱਚ ਸ਼ਾਮਿਲ ਹੋ। ਮਾਰਚ ਆਪਾਂ ਜਿਹੜਾ ਆਪਾਂ ਬੜਾ ਸ਼ਾਂਤਮਈ ਅਨੁਸ਼ਾਸਨ ਦੇ ਵਿੱਚ ਰਹਿ ਕੇ ਲੈ ਕੇ ਜਾਣਾ, ਜਿੰਨਾ ਜਾਬਤੇ ਦੇ ਵਿੱਚ ਰਹੋਗੇ, ਅਨੁਸ਼ਾਸਨ ਦੇ ਵਿੱਚ ਰਹੋਗੇ, ਉਹਨਾਂ ਸਰਕਾਰਾਂ ਦੇ ਦਬਾਬੂ। ਹਾਂਜੀ, ਦੇਖੋ ਗੱਲ ਮੈਂ ਤੁਹਾਨੂੰ ਸਾਫ ਗੱਲ ਦੱਸਤੀ, ਅਗਰਾਹਾਂ ਸਾਹਿਬ ਵਰਗੇ 1993 ਦੇ ਲੜਨ ਲੱਗੇ ਹੋਏ ਨੇ। ਮੈਂ ਕਿਸੇ ਵੀ ਕਿਸਾਨ ਜਿਹੜਾ ਲੀਡਰ ਹੈ, ਜਾਂ ਕੋਈ ਮਜ਼ਦੂਰ ਲੀਡਰ ਹੈ, ਮਜ਼ਦੂਰ ਜਥੇਬੰਦੀਆਂ ਲੀਡਰ ਹੈ, ਜਾਂ ਸਿੱਖ ਜਥੇਬੰਦੀਆਂ ਲੀਡਰ ਹੈ, ਜਿਹੜਾ ਵੀ ਕੋਈ ਪੰਜਾਬ ਲਈ ਕੰਮ ਕਰਦਾ, ਮੈਂ ਕਿੰਤੂ ਪਰੰਤੂ ਨਹੀਂ ਕਰੂੰਗਾ, ਕਿਉਂਕਿ ਕਿੰਤੂ ਦੇਖੋ ਬਾਈ, ਅੱਜ ਮੈਂ ਤੁਹਾਨੂੰ ਇੱਕੋ ਗੱਲ ਦੱਸਦੀ, ਮੈਂ ਕਿਸਾਨ ਆਗੂਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਮੇਰਾ ਦਾਦਾ ਜਿਸ ਪੰਜਾਬ ਦਾ ਮੀਤ ਪ੍ਰਧਾਨ ਰਿਹਾ ਹੋਇਆ ਕਿਸਾਨ ਜਥੇਬੰਦੀਆਂ ਦੇ ਵਿੱਚੋਂ, ਪੁਰਾਣੇ ਸਮੇਂ ਦੇ ਵਿੱਚ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੋਇਆ, ਮੈਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਇਹਨਾਂ ਨੇ ਪੰਜਾਬ ਦੀ ਲੜਾਈ ਲੜੀ ਆ, ਹੋਰ ਕੋਈ ਲੜਾਈ ਨਹੀਂ ਲੜ ਸਕਦੇ। ਪਰ ਇਸ ਸਮੇਂ ਇਹੋ ਜਿਹੇ ਬਿਆਨ ਆਉਣਾ, ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ, ਸਾਡੇ ਆਗੂਆਂ ਨੂੰ, ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਅਗਰਾਹਾਂ ਸਾਹਿਬ ਨੂੰ ਵੀ ਬੇਨਤੀ ਕਰਦਾ, ਅਸਕਿਆਮ ਦੇ ਜਿੰਨੇ ਵੀ ਸਾਡੇ ਆਗੂ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣੇ ਛੋਟੇ ਛੋਟੇ ਗਿੱਲੇ ਸ਼ਿਕਵੇ ਛੱਡ ਕੇ ਆਪਾਂ ਇਕੱਠੇ ਹੋ ਜਾਓ। ਤੁਹਾਡਾ ਕਿਹੜਾ ਕੋਈ ਰਾਜਨੀਤਿਕ ਪਾਰਟੀਆਂ ਵਾਲਾ ਕੰਮ ਹੈ? ਉਹ ਤਾਂ ਰਾਜਨੀਤਿਕ ਬੰਦਿਆਂ ਦਾ ਕੰਮ ਹੁੰਦਾ, ਉਹਦੇ 'ਤੇ ਚਿੱਕੜ ਸਿੱਟਤਾ, ਉਹਦੇ ਚਿੱਕੜ ਸਿੱਟਤਾ, ਜਿਵੇਂ ਕਿ ਪਿਛਲੇ ਦਿਨਾਂ ਵੀ ਸਾਡਾ ਮੁੱਖ ਮੰਤਰੀ ਲੱਗਿਆ ਪਿਆ ਸੀਗਾ, ਆਪਣਾ ਮਜੀਠੀਏ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਆਪਣਾ ਸੁਖਵੀਰ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਉਹਨੂੰ ਰਾਜਾ ਬਿੰਗ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਉਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ, ਕਿਤੇ ਗੱਲਾਂ ਕਰਨ ਵਾਲੀਆਂ ਬਣਦੀਆਂ ਨੇ? ਆਜ ਤੈਨੂੰ ਕਿੰਨੀ ਕੁ ਪੰਜਾਬੀ ਆਉਂਦੀ ਹੈ? ਜਿਹੜਾ ਗੱਲ ਕਰਦਾ ਸੀਗਾ ਮੈਂ ਪਟੇ ਨੂੰ ਗੁੜ ਲਾਉਣ ਜਾਂਦਾ, ਆ ਇੱਥੇ ਆ ਕੇ ਬੈਠ, ਦਿਖਾ, ਬੈਠ ਲੋਕਾਂ ਦੇ ਵਿੱਚ। ਅੱਜ 1000 ਬੰਦਾ ਲੈ ਕੇ ਪੁਲਿਸ ਦਾ, ਕਿਤੇ ਇੱਧਰ ਨੂੰ ਲੰਘ ਜਾਣਾ, ਕਿਤੇ ਇੱਧਰ ਨੂੰ ਲੰਘ ਜਾਣਾ, ਕੋਈ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਹੈ? ਜਿਹੜਾ ਵੀ ਕੋਈ ਪੰਜਾਬ ਦੀ ਨੌਜਵਾਨ ਗੱਲ ਕਰਦਾ, ਚੱਲ ਜੇਲ੍ਹ 'ਚ, ਚੱਲ ਪਰਚਾ, ਚੱਲ ਮਰਵਾਤ, ਆਹ ਕੁਛ ਹੋਈ ਜਾਂਦਾ ਪੰਜਾਬ ਦੇ ਵਿੱਚ। ਪਾਨੇ ਬਾਈ, ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਦਾ ਸ਼ਿਵਕਰਨ ਦਾ ਕਤਲ ਹੋਇਆ, ਗੋਲੀਆਂ ਚੱਲੀਆਂ ਨੇ, ਸਾਨੂੰ ਲੱਗਦਾ ਕਿ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ? ਬਿਲਕੁਲ ਕੀਤੀ ਗਈ ਆ, ਪਰ ਅੱਜ ਜਿਹੜਾ ਸਾਡਾ ਅੱਜ ਵਾਲਾ ਮਾਰਚ ਹੈ, ਇੱਕ ਨਵਾਂ ਜੋਸ਼ ਭਰੂਗਾ ਨੌਜਵਾਨਾਂ ਦੇ ਵਿੱਚ, ਨਵਾਂ ਲੈ ਕੇ ਜਾਊਗਾ। ਮੀਂਹ ਦੇ ਵਿੱਚ ਵੀ ਦੇਖੋ ਲੜਨ ਵਾਲੇ ਸਾਡੇ ਨੌਜਵਾਨ ਆ ਗਏ, ਡਰਨ ਡੋਰਨ ਵਾਲੇ ਤਾਂ ਬਿਲਕੁਲ ਨਹੀਂ ਹੈਗੇ। ਦੇਖੋ ਇਹ ਪੰਜਾਬ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਰਸ ਨੇਗੇ ਇਹ, ਇਹਨਾਂ ਡਰਨ ਡੋਰਨ ਵਾਲਾ ਤਾਂ ਜਿੰਨਾ ਇਹਨਾਂ ਨੂੰ ਕੁੱਟੋਗੇ ਵੱਢੋਗੇ ਉਹਨਾਂ ਦੂਣ ਸਵਾਏ ਹੋ ਕੇ ਨਿਕਲਣਗੇ। ਇਹ ਇਸ ਚੀਜ਼ ਦਾ ਸਾਨੂੰ ਕੋਈ ਪ੍ਰਭਾਵ ਨਹੀਂ, ਅੱਜ ਮੀਂਹ ਦੇ ਵਿੱਚ ਵੀ ਸਾਡੇ ਜੋਧੇ ਆ ਕੇ ਟੱਟ ਗਏ। ਅੱਛਾ, ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ, ਕੀ ਕਹਿਣਾ ਚਾਹੁੰਦੇ? ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਨੇ, ਸੁਭ ਕਰਨ ਦੀ ਯਾਦ ਦੇ ਵਿੱਚ ਵੀ ਮਾਰਚ ਕਰੂੰ, ਦੀਪ ਸਿੱਧੂ ਦੀ ਯਾਦ ਦੇ ਵਿੱਚ ਵੀ ਕਰੂੰ, ਪਰ ਸਿੱਧੂ ਮੂਸੇਵਾਲੇ ਦੀ ਗੱਲ ਯਾਦ ਦੇ ਵਿੱਚ ਮੈਂ ਇਹ ਕਰਕੇ ਪ੍ਰੋਗਰਾਮ ਰੱਖਿਆ ਕਿਉਂਕਿ ਜਿੰਨੇ ਵਾਰੀ ਵੀ ਉਹਨੂੰ ਮੈਂ ਟਿੱਕਰੀ ਮੋਰਚੇ 'ਤੇ ਬੁਲਾਉਂਦਾ ਰਿਹਾ, ਮੇਰੇ ਨਾਲ ਟਰਾਲੀਆਂ 'ਚ ਰਾਤਾਂ ਕੱਢਦਾ ਰਿਹਾ, ਮੈਂ ਹੋਰਾਂ ਕਲਾਕਾਰਾਂ ਦੇ ਨਾਲ ਉਹਨੂੰ ਬਾਖਿਸ ਕਰਕੇ ਗਿਣਦਾ ਕਿ ਹੁਣ ਜਿਵੇਂ ਕਲਾਕਾਰ ਡਰੇ ਬੈਠੇ ਨੇ। ਮੈਂ ਕੱਲ੍ਹ 50 ਨੂੰ ਫੋਨ ਲਾਇਆ, ਬਾਈ ਸਾਨੂੰ ਸਰਕਾਰ ਤੋਂ ਡਰ ਹੈ, ਸਾਨੂੰ ਉਹ ਤੋਂ ਡਰ ਹੈ। ਉਹ ਬੰਦਾ ਕਦੇ ਨਹੀਂ ਸੀ ਡਰਿਆ,
ਡਟ ਕੇ ਆ ਕੇ ਸਾਡੇ ਨਾਲ ਖੜਿਆ ਸੀਗਾ। ਇਸ ਕਰਕੇ ਅੱਜ ਸਾਡੇ ਵਿੱਚ ਉਹ ਸਾਡਾ ਭਰਾ ਹੈ ਨਹੀਂ, ਉਹਦੀ ਘਾਟ ਮਹਿਸੂਸ ਹੁੰਦੀ ਆ, ਉਹਦੀ ਯਾਦ ਨੂੰ ਅੱਜ ਸਮਰਪਿਤ ਇਹ ਸਾਰਾ ਪ੍ਰੋਗਰਾਮ ਕਰ ਰਿਹਾ। ਭਾਨੀ ਬਾਈ, ਲਾਸਟ ਸਵਾਲ ਹੈ, ਜਿਸ ਤਰ੍ਹਾਂ ਤੁਸੀਂ ਹਰ ਦੇ ਹੱਕ ਦੇ ਲਈ ਖੜੇ ਹੋ, ਲੋਕਾਂ ਦੇ ਹੱਕ ਦੇ ਲਈ ਖੜੇ, ਕਲਾਕਾਰਾਂ ਦੇ ਲਈ ਗੀਤ ਵੀ ਬਹੁਤ ਕੀਤੇ ਨੇ, ਹਾਂਜੀ, ਲਾਈਵ ਹੋ ਕੇ ਬੋਲਦੇ ਰਹੇ ਹੋ, ਹਾਂਜੀ, ਪਰ ਹੁਣ ਉਹੀ ਗੱਲ ਜਿਹੜੀ ਕਹਿੰਦੇ ਨੇ ਕਿ ਡਰਦੇ ਨੇ ਕਲਾਕਾਰ, ਤੁਹਾਨੂੰ ਕੀ ਲੱਗਦਾ? ਡਰਨਾ ਨਹੀਂ ਚਾਹੀਦਾ। ਸਿੱਧੂ ਮੂਸੇ ਵਾਲਾ ਜਿਉਂਦਾ ਹੁੰਦਾ ਤਾਂ ਅੱਜ ਤੁਹਾਡੇ ਬਰਾਬਰ ਖੜਦਾ, ਪਰ ਕਲਾਕਾਰ ਬਹੁਤ ਪਿੱਛੇ ਨੇ। ਜਿਹੜਾ ਪਹਿਲਾਂ ਵੀ ਖੜਿਆ, ਦੇਖੋ ਪਹਿਲਾਂ ਸਭ ਤੋਂ ਪਹਿਲਾਂ ਜਦੋਂ ਅੰਦੋਲਨ ਚੱਲਿਆ ਸੀਗਾ, ਪਿਛਲਾ ਅੰਦੋਲਨ ਚੱਲਿਆ ਸੀਗਾ, ਮੈਂ ਜਦੋਂ ਇਹ ਕਾਨੂੰਨਾਂ ਦੀ ਖਬਰ ਆ ਗਈ ਸੀਗੀ, ਮੈਂ ਉਸੇ ਟਾਈਮ ਹੀ ਸੀ ਜਗਾਉਣ ਲੱਗ ਗਈ ਸੀ ਪਿੰਡਾਂ ਦੇ ਵਿੱਚ, ਪੀਟਰ ਜਿਹੜੇ ਲੈ ਕੇ ਅਸੀਂ ਜਾਂਦਾ ਮੈਂ ਪਿੰਡਾਂ ਦੇ ਵਿੱਚ ਬੋਲਦਾ ਵੀ ਜਿਹੜੇ ਖੇਤੀ ਕ੍ਰਿਸ਼ੀ ਕਾਨੂੰਨ ਨੇ ਬੜੇ ਮਾੜੇ ਨੇਗੇ। ਉਦੋਂ ਤੋਂ ਹੀ ਮੈਨੂੰ ਸਿੱਧੂ ਫੋਨ ਕਰਨ ਲੱਗੇ, ਦੱਸ ਕਿੱਥੇ ਤੇਰੀ ਹਾਜ਼ਰੀ, ਮੇਰੀ ਕਿੱਥੇ ਹਾਜ਼ਰੀ ਲੋੜ ਹੈ, ਕਿੱਥੇ ਹਾਜ਼ਰੀ ਲੋੜ ਹੈ। ਫਿਰ ਸਾਡਾ ਜ਼ਿਲ੍ਹਾ ਮੁਤਾਬਕ ਧਰਨਾ ਚੱਲਿਆ, ਉੱਥੇ ਵੀ ਜਾਂਦਾ ਰਿਹਾ, ਹਰ ਇੱਕ ਥਾਂ 'ਤੇ ਜਾਂਦਾ ਰਿਹਾ, ਹੈ ਨਾ। ਇਸ ਕਰਕੇ ਹੋਰਾਂ ਕਲਾਕਾਰਾਂ ਨੂੰ ਵਾਕਿਆ ਗਿਣਦਾ ਯਾਰ, ਕਿੱਡਾ ਕੁ ਵੱਡਾ ਇੱਕ ਪਰਚਾ ਹੋ ਜੂਗਾ, ਪਰਚਾ ਤੁਹਾਡੇ ਤਾਂ ਸਰਕਾਰ ਕਰ ਦੂ। ਮੇਰੇ 'ਤੇ ਕਿੰਨੇ ਪਰਚੇ ਚੱਲਦੇ ਨੇਗੇ, ਪਰਚਾ ਸਰਕਾਰ ਨੇ ਕਿੰਨੇ ਵਾਰੀ ਨੰਗਾ ਕਰਕੇ ਸੀ ਆਈ ਦੇ ਵਿੱਚ ਜਾ ਕੇ ਕੁੱਟ ਲਿਆ। ਪਹਿਲਾਂ ਪਰਚਾ ਹੋਇਆ ਸੀ ਗਰਮੀਆਂ ਦੇ ਵਿੱਚ, ਉਦੋਂ ਸਰਕਾਰ ਨੇ ਨੰਗਾ ਕਰਕੇ ਕੁੱਟਿਆ ਸੀ ਆਈ ਦੇ ਵਿੱਚ, ਹੁਣ ਕੁੱਟਿਆ, ਪਾ ਕੇ ਲਟਾ ਕੇ ਕੁੱਟਿਆ, ਦਬਿਆ ਨਹੀਂ ਝੁੱਕਿਆ ਨਹੀਂ, ਆਹ ਖੜਾ ਲੋਕਾਂ ਦੇ ਵਿੱਚ। ਤੁਹਾਡੇ ਤੇ ਇੱਕ ਪਰਚੇ ਤੁਸੀਂ ਡਰੀ ਜਾਂਦੇ ਹੋ, ਐਡਾ ਕਿੱਡੀ ਕਿੱਡੀ ਵੱਡੀ ਗੱਲ ਆ, ਪਰਚਾ ਕਿੱਡਾ ਕੋਈ, ਤੁਸੀਂ ਕਿਹੜਾ ਕਤਲ ਕੀਤਾ, ਧਾਰਾਂ ਕਿਹੜੀਆਂ ਵੱਡੀਆਂ ਨੇ, 307 ਅਤੇ 302 ਜਾਂ NSA ਵੱਡੀ ਆ, ਇਹ ਤੁਹਾਡੇ 'ਤੇ ਧਾਰਾਂ ਕਿੱਧਰ ਲੱਗਣਗੀਆਂ? ਮਾੜੇ ਮੋਟੇ ਪਰਚੇ ਨੇ, ਰੱਦ ਹੋ ਜਾਂਦੇ ਨੇ, ਐਡੀ ਕਿੱਡੀ ਗੱਡੀ ਗੱਲ ਆ, ਊਂ ਡਰੀ ਜਾਂਦੇ ਹੋ, ਹੈ ਨਾ। ਜੇ ਤੁਸੀਂ ਚੰਗਾ ਕੰਮ ਕਰਿਆ ਨਾ ਡਰੋ, ਆਓ, ਕਿਉਂਕਿ ਤੁਹਾਨੂੰ ਸੁਣਨ ਵਾਲੇ ਜ਼ਿਆਦਾਤਰ ਕਿਸਾਨ ਮਜ਼ਦੂਰ ਹੀ ਨੇਗੇ। ਇਸ ਕਰਕੇ ਘਰਾਂ ਦੇ ਵਿੱਚ ਨਾ ਵੜੋ, ਆਓ ਵੀਰੇ।